ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡਾ ਮੋਬਾਈਲ ਨੰਬਰ ਦੱਸਣ ਵਾਲਾ ਹਾਂ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਤੁਹਾਡਾ ਮੋਬਾਈਲ ਨੰਬਰ ਤੁਹਾਨੂੰ ਕਿਵੇਂ ਦੱਸੂੰਗਾ। ਤਾਂ ਦੋਸਤੋ, ਇਸ ਵੀਡੀਓ ਨੂੰ ਸਕਿੱਪ ਨਾ ਕਰਿਓ, ਅੰਤ ਤੱਕ ਜ਼ਰੂਰ ਵੇਖਿਓ। ਅਤੇ ਜੇ ਤੁਸੀਂ ਇਸ ਵੀਡੀਓ ਨੂੰ ਵਿਚਾਲੇ ਹੀ ਬੰਦ ਕਰਤਾ, ਤੁਸੀਂ ਆਪਣੇ ਮੋਬਾਈਲ ਨੰਬਰ ਨੂੰ ਨਹੀਂ ਕੱਢ ਪਾਓਗੇ। ਇਸ ਦੇ ਲਈ ਤੁਸੀਂ ਕੈਲਕੂਲੇਟਰ ਦਾ ਇਸਤੇਮਾਲ ਕਰ ਸਕਦੇ ਹੋ। ਜੇ ਤੁਸੀਂ ਇਸ ਨੂੰ ਮੋਬਾਈਲ ਦੇ ਕੈਲਕੂਲੇਟਰ ਉੱਤੇ ਕਰੋਗੇ ਤਾਂ ਤੁਹਾਡਾ ਆਂਸਰ ਗਲਤ ਆਵੇਗਾ। ਤੁਸੀਂ ਸਿਰਫ ਕੈਲਕੂਲੇਟਰ ਦਾ ਹੀ ਇਸਤੇਮਾਲ ਕਰਨਾ ਹੈ। ਤਾਂ ਚਲੀਏ ਦੋਸਤੋ, ਸ਼ੁਰੂ ਕਰਦੇ ਹਾਂ ਸਟੈਪ ਨੰਬਰ 1। ਤਾਂ ਦੋਸਤੋ, ਜੋ ਵੀ ਤੁਹਾਡਾ ਮੋਬਾਈਲ ਨੰਬਰ ਹੋਵੇ ਉਸਨੂੰ ਲਓ। ਜਿਵੇਂ ਕਿ ਇਗਜ਼ਾਮਪਲ ਤੌਰ 'ਤੇ ਮੈਂ ਆਪਣਾ ਮੋਬਾਈਲ ਨੰਬਰ ਨੂੰ ਲੈ ਰਿਹਾ ਹਾਂ, 0 1 2 3 4 5 6 7 8 9। ਤਾਂ ਦੋਸਤੋ, ਤੁਸੀਂ ਆਪਣੇ ਮੋਬਾਈਲ ਦੇ ਪਹਿਲੇ 3 ਅੰਕਾਂ ਨੂੰ ਕੈਲਕੂਲੇਟਰ ਦੇ ਵਿੱਚ ਟਾਈਪ ਕਰੋ। ਤਾਂ ਦੋਸਤੋ, ਇਸ ਤੋਂ ਬਾਅਦ ਸਟੈਪ ਨੰਬਰ 2। ਤਾਂ ਦੋਸਤੋ, ਜਿਹੜੇ ਤੁਸੀਂ ਮੋਬਾਈਲ ਦੇ ਪਹਿਲੇ 3 ਅੰਕ ਲਿੱਤੇ ਹਨ ਉਹਨਾਂ ਨੂੰ 40 ਦੇ ਨਾਲ ਗੁਣਾ ਕਰੋ, ਯਾਨੀ ਕਿ 40 ਦੇ ਨਾਲ ਮਲਟੀਪਲਾਈ ਕਰੋ। ਸਟੈਪ ਨੰਬਰ 3। ਤਾਂ ਦੋਸਤੋ, ਜਿਹੜਾ ਵੀ ਤੁਹਾਡਾ ਜਵਾਬ ਆਇਆ ਹੋਵੇ ਉਸਨੂੰ 25 ਦੇ ਨਾਲ ਮਲਟੀਪਲਾਈ ਕਰੋ, ਯਾਨੀ ਕਿ 25 ਦੇ ਨਾਲ ਗੁਣਾ ਕਰੋ। ਸਟੈਪ ਨੰਬਰ 4। ਤਾਂ ਦੋਸਤੋ, ਇਸ ਤੋਂ ਬਾਅਦ ਜਿਹੜਾ ਤੁਹਾਡਾ ਜਵਾਬ ਆਇਆ ਹੋਵੇ ਉਸ ਦੇ ਵਿੱਚ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਬਾਅਦ ਦੇ 3 ਅੰਕ ਜੋੜੋ, ਯਾਨੀ ਕਿ ਬਾਅਦ ਦੇ 3 ਅੰਕਾਂ ਨੂੰ ਐਡ ਕਰੋ। ਸਟੈਪ ਨੰਬਰ 5। ਤਾਂ ਦੋਸਤੋ, ਜਿਹੜਾ ਵੀ ਤੁਹਾਡਾ ਰਿਜ਼ਲਟ ਆਇਆ ਹੋਵੇ ਉਸਨੂੰ 50 ਦੇ ਨਾਲ ਮਲਟੀਪਲਾਈ ਕਰੋ, ਯਾਨੀ ਕਿ 50 ਦੇ ਨਾਲ ਗੁਣਾ ਕਰੋ। ਸਟੈਪ ਨੰਬਰ 6। ਤਾਂ ਦੋਸਤੋ, ਉਸ ਰਿਜ਼ਲਟ ਦੇ ਵਿੱਚ 1 ਪਲੱਸ ਕਰੋ, 1 ਨੂੰ ਪਲੱਸ ਕੀਜੀਏ। ਸਟੈਪ ਨੰਬਰ 7। ਹੁਣ ਤੱਕ ਜਿਹੜਾ ਵੀ ਤੁਹਾਡਾ ਰਿਜ਼ਲਟ ਆਇਆ ਹੋਵੇ ਉਸਨੂੰ 400 ਦੇ ਨਾਲ ਗੁਣਾ ਕੀਜੀਏ, ਯਾਨੀ ਕਿ 400 ਨਾਲ ਮਲਟੀਪਲਾਈ ਕੀਜੀਏ। ਸਟੈਪ ਨੰਬਰ 8। ਤਾਂ ਦੋਸਤੋ, ਇਸ ਰਿਜ਼ਲਟ ਦੇ ਵਿੱਚ ਤੁਸੀਂ ਆਪਣੇ ਮੋਬਾਈਲ ਦੇ ਅੰਤਿਮ 4 ਡਿਜ਼ਿਟ ਨੂੰ ਜੋੜਨਾ ਹੈ, ਆਪਣੇ ਮੋਬਾਈਲ ਦੇ ਅਖੀਰਲੇ 4 ਨੰਬਰ ਲੈਣੇ ਹਨ ਅਤੇ ਉਹਨਾਂ ਨੂੰ ਇਸ ਦੇ ਵਿੱਚ ਪਲੱਸ ਕਰਨਾ ਹੈ। ਸਟੈਪ ਨੰਬਰ 9। ਤਾਂ ਦੋਸਤੋ, ਧਿਆਨ ਨਾਲ ਸੁਣਿਆ, ਤੁਸੀਂ ਆਪਣੇ ਮੋਬਾਈਲ ਦੇ ਅਖੀਰਲੇ 4 ਨੰਬਰ ਫਿਰ ਤੋਂ ਐਡ ਕਰਨੇ ਹਨ। ਸਟੈਪ ਨੰਬਰ 10। ਇਸ ਰਿਜ਼ਲਟ ਨੂੰ 2 ਨਾਲ ਡਿਵਾਈਡ ਕਰੋ। ਤਾਂ ਦੋਸਤੋ, ਸਟੈਪ ਨੰਬਰ 11। ਇਸ ਲਾਸਟ ਸਟੈਪ ਦੇ ਵਿੱਚ ਤੁਸੀਂ ਜੋ ਵੀ ਤੁਹਾਡਾ ਹੁਣ ਤੱਕ ਰਿਜ਼ਲਟ ਆਇਆ ਹੈ ਉਸ ਦੇ ਵਿੱਚੋਂ 200 ਮਾਈਨਸ ਕਰ ਦੇਵੋ, 200 ਨੂੰ ਘਟਾ ਦੇਵੋ। ਤਾਂ ਦੋਸਤੋ, ਦੇਖਿਆ ਆ ਗਿਆ ਨਾ ਤੁਹਾਡਾ ਮੋਬਾਈਲ ਨੰਬਰ। ਤਾਂ ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ